ਲੁਧਿਆਣੇ ਤੋਂ ਲੈ ਕੇ ਬਠਿੰਡੇ ਤੱਕ ਦਾ ਸਫ਼ਰ ਹੁਣ ਤੁਸੀਂ ਸਿਰਫ 1.5 ਘੰਟੇ 'ਚ ਪੂਰਾ ਕਰ ਲਿਆ ਕਰੋਗੇ, ਜਿਹਨੂੰ ਕਿਸੇ ਟਾਈਮ 3 ਤੋਂ 3.5 ਘੰਟੇ ਲੱਗਦੇ ਸੀ। ਇੱਕ ਵੱਡਾ ਹਾਈਵੇ ਨਿਕਲ ਰਿਹਾ 6 ਲੈਨਾਂ ਵਾਲਾ, ਅਤੇ ਜਦੋਂ ਵੀ ਐਵੇਂ ਦਾ ਹਾਈਵੇ ਕਿਸੇ ਵੀ ਪਿੰਡਾਂ ਸ਼ਹਿਰਾਂ ਕੋਲ 'ਚ ਹੀ ਲੰਘਦਾ ਹੁੰਦਾ ਤਾਂ ਉੱਥੋਂ ਦੀਆਂ ਜ਼ਮੀਨਾਂ ਦੇ ਰੇਟ ਡਬਲ ਟ੍ਰਿਪਲ ਹੋ ਜਾਂਦੇ ਆ, ਤੁਹਾਨੂੰ ਪਤਾ ਹੀ ਆ। ਅਤੇ ਇਹ ਹਾਈਵੇ ਕਿਹੜੇ ਕਿਹੜੇ ਪਿੰਡਾਂ ਕੋਲ 'ਚ ਨਿਕਲਣਾ ਵਾ ਉਹ ਤੁਹਾਨੂੰ ਇਸ ਵੀਡੀਓ 'ਚ ਪਤਾ ਲੱਗੂਗਾ, ਤਾਂ ਵੀਡੀਓ ਐਂਡ ਤੱਕ ਦੇਖਿਓ, ਕੀ ਪਤਾ ਤੁਸੀਂ ਵੀ ਜਲਦੀ ਅਮੀਰ ਹੋਣ ਵਾਲੇ ਹੋ। ਪਹਿਲਾਂ ਤਾਂ ਜੇ ਤੁਸੀਂ ਲੁਧਿਆਣੇ ਤੋਂ ਬਠਿੰਡੇ ਜਾਂ ਬਠਿੰਡੇ ਤੋਂ ਲੁਧਿਆਣੇ ਜਾਣਾ ਆਉਣਾ ਹੁੰਦਾ ਸੀ ਉਦੋਂ ਤੁਹਾਨੂੰ ਮੋਗੇ ਵਿੱਚ ਦੀ ਜਾਣਾ ਪੈਂਦਾ ਸੀ ਜਾਂ ਬਰਨਾਲੇ ਵਿੱਚ ਦੀ, ਪਰ ਇਹ ਵਾਲੇ ਨਵੇਂ ਹਾਈਵੇ 'ਤੇ ਨਾ ਤਾਂ ਰਾਮਪੁਰਾ ਫੂਲ ਆਊਗਾ, ਨਾ ਬਰਨਾਲਾ, ਨਾ ਰੈਕੋਟ, ਨਾ ਮੁੱਲਾਪੁਰ, ਅਤੇ ਨਾ ਹੀ ਇਸ ਰੂਟ 'ਤੇ ਗੋਨਿਆਣਾ, ਕੋਟਕਪੂਰਾ, ਬਾਘਾ ਪੁਰਾਣਾ, ਮੋਗਾ, ਜਗਰਾਓਂ ਜਾਂ ਮੁੱਲਾਪੁਰ ਆਊਗਾ। ਇਹ ਹਾਈਵੇ ਇਹਨਾਂ ਸਾਰੇ ਰੂਟਾਂ ਨਾਲੋਂ ਅਲੱਗ ਆ, ਜੋ ਕਿ ਲੁਧਿਆਣਾ ਅਜਮੇਰ ਇਕਨੋਮਿਕ ਕੋਰੀਡੋਰ ਦਾ ਹਿੱਸਾ ਵਾ। ਜਿਹੜੀ ਇਹ ਸੜਕ ਆ ਲੁਧਿਆਣਾ ਤੋਂ ਅਜਮੇਰ ਵਾਲੀ, ਇਹ ਟੋਟਲ 600 ਕਿਲੋਮੀਟਰ ਲੰਬੀ ਆ, ਅਤੇ ਜੇ ਬਠਿੰਡੇ ਤੋਂ ਲੁਧਿਆਣੇ ਦੀ ਗੱਲ ਕਰੀਏ ਤਾਂ ਇਹ 125 ਕਿਲੋਮੀਟਰ ਦਾ ਸਟਰੈਚ ਆ। ਇਹਦਾ ਨਾਮ ਹੈਗਾ NH 754 AD, ਅਤੇ ਇਹ ਜਿਹੜਾ ਰਾਹ ਵਾ ਪਿੱਛੇ ਦੱਸੇ ਸਾਰੇ ਰਾਹਾਂ ਨਾਲੋਂ ਅਲੱਗ ਅਤੇ ਜਲਦੀ ਪਹੁੰਚਾਉਣ ਵਾਲਾ ਤਾਂ ਵਾ, ਕਿਉਂਕਿ ਬਾਕੀ ਦੇ ਸਾਰੇ ਰਾਹ ਘੁੰਮ ਘੁੰਮਾ ਕੇ ਜਾਂਦੇ ਆ, ਪਰ ਇਹ ਵਾਲਾ ਲੁਧਿਆਣੇ ਤੋਂ ਬਠਿੰਡਾ ਸਿੱਧਾ ਨੱਕ ਦੀ ਸੇਧ ਨਾਲ ਜਾਊਗਾ, ਜਿਹਦੇ ਨਾਲ ਆਪਾਂ ਮਿੰਟੋ ਮਿੰਟ ਹੀ ਸਫ਼ਰ ਪੂਰਾ ਕਰ ਲਿਆ ਕਰਾਂਗੇ। ਇਹ ਹਾਈਵੇ ਬਠਿੰਡਾ, ਬਰਨਾਲਾ, ਲੁਧਿਆਣਾ ਤਿੰਨੇ ਜ਼ਿਲ੍ਹਿਆਂ ਵਿੱਚੋਂ ਦੀ ਲੰਘੂਗਾ, ਬਠਿੰਡੇ ਦੇ ਰਾਮਪੁਰਾ ਵਿੱਚੋਂ, ਬਰਨਾਲੇ ਦੇ ਤਪਾ ਤਹਿਸੀਲ ਵਿੱਚੋਂ, ਅਤੇ ਉਦੋਂ ਬਾਅਦ 'ਚ ਲੁਧਿਆਣੇ ਦੇ ਰੈਕੋਟ ਤਹਿਸੀਲ ਅਤੇ ਲੁਧਿਆਣਾ ਦੇ ਬੈਸਟ ਤਹਿਸੀਲ ਵਿੱਚੋਂ ਦੀ। ਅਤੇ ਇਹ ਹਾਈਵੇ ਦੇ ਲਾਗੇ ਤਾਗੇ ਜਿਹੜੇ ਪਿੰਡ ਆਉਣੇ ਆ ਉਹਨਾਂ ਦੇ ਨਾਮ ਨੇ ਭੈਣੀ, ਮੁੱਦਕੇ ਸਧਾਣਾ, ਹਰਨਾਮ ਸਿੰਘ ਵਾਲਾ, ਢੈਪਲੀ, ਫੂਲੇਵਾਲਾ, ਬੱਲੋਕੇ, ਸੰਧੂ ਕਲਾਂ, ਸੈਣਾ, ਬਧਾਤਾ, ਟੱਲੇਵਾਲ, ਦੀਪਗੜ੍ਹ, ਰਾਮਗੜ੍ਹ, ਬੀਲਾ, ਗੇਲ, ਨਰੇਨਗੜ੍ਹ ਸੋਹੀਆ, ਚਿੰਨੀਵਾਲਾ ਖੁਰਦ, ਸਾਦੋਵਾਲ, ਗੱਗੇਵਾਲ, ਚੱਲ ਭਾਈਕਾ, ਨੱਥੋਵਾਲ, ਜਲਾਲ ਦੀ ਵਾਲ, ਰੈਕੋਟ, ਰੂਪਾ ਭੱਟੀ, ਬੁਰਜ ਹਰੀ ਸਿੰਘ ਵਾਲਾ, ਨੂਰਪੁਰ, ਬੁਰਜ ਲਿੱਤਰਾਂ, ਹਲਵਾਰਾ, ਕੈਲੇ, ਲੀਲ, ਟੂਸਾ, ਸ਼ਾਹਪੁਰ, ਸਰਾਭਾ, ਗੁੱਜਰਾਲ, ਚਮਿੰਡਾ, ਬੱਲੋਵਾਲ ਅਤੇ ਨਾਰੰਗਾਲ। ਇਹ 36 ਪਿੰਡਾਂ ਦੇ ਜਿਹੜੇ ਮੈਂ ਨਾਮ ਲੈਤੇ ਆ, ਇਹਨਾਂ ਪਿੰਡਾਂ ਦੀਆਂ ਜ਼ਮੀਨਾਂ ਬਹੁਤ ਜਲਦ ਮਹਿੰਗੀਆਂ ਹੋਣ ਵਾਲੀਆਂ ਨੇ। ਜੇ ਤੁਹਾਡੇ 'ਚੋਂ ਇਹਨਾਂ ਪਿੰਡਾਂ 'ਚੋਂ ਕਿਸੇ ਵੀ ਪਿੰਡ ਦਾ ਬੰਦਾ ਇਹ ਵੀਡੀਓ ਦੇਖ ਰਿਹਾ ਤਾਂ ਤੁਹਾਨੂੰ ਮੁਬਾਰਕਾਂ ਬਾਈ, ਅਤੇ ਥੱਲੇ ਕਮੈਂਟ ਕਰਕੇ ਆਪਣੇ ਪਿੰਡ ਦਾ ਨਾਮ ਜ਼ਰੂਰ ਦੱਸਿਓ। ਤਾਂ ਹੁਣ ਗੱਲ ਕਰਦੇ ਹਾਂ ਇਹ ਹਾਈਵੇ ਕਦੋਂ ਤੱਕ ਪੂਰਾ ਹੋਜੂਗਾ ਅਤੇ ਕਿਵੇਂ ਕਿਵੇਂ ਬਣੂਗਾ। ਇਹ ਵਾਲੇ ਹਾਈਵੇ ਨਾਲ ਸਾਰੇ ਜਿਹੜੇ ਸ਼ਹਿਰ ਨੇ ਹੁਣ ਉਹ ਬਾਈਪਾਸ ਹੋ ਜਾਣੇ ਆ, ਮੋਗਾ ਬਰਨਾਲਾ ਕੱਟਿਆ ਜਾਣਾ, ਅਤੇ ਇਹ ਹਾਈਵੇ ਬਠਿੰਡੇ ਦੇ ਭੈਣੀ ਪਿੰਡ ਤੋਂ ਸ਼ੁਰੂ ਹੋਣਾ, ਕਿਉਂਕਿ ਜਿਹੜਾ ਅਜਮੇਰ ਵਾਲਾ ਹਾਈਵੇ ਆ ਉਹ ਬਠਿੰਡੇ ਤੋਂ ਲੁਧਿਆਣੇ ਨੂੰ ਬਾਈਪਾਸ ਨਿਕਲਣਾ, ਅਤੇ ਜਦੋਂ ਬਠਿੰਡੇ ਤੋਂ ਡਾਬਾ ਵੱਲ ਨੂੰ ਜਾਂਦੇ ਹਾਂ ਤਾਂ ਰਾਹ 'ਚ ਸੰਗਤ ਮੰਡੀ ਆਉਂਦਾ, ਤਾਂ ਸੰਗਤ ਮੰਡੀ ਤੋਂ ਇਹ ਬਠਿੰਡੇ ਬਾਈਪਾਸ ਸ਼ੇਰਗੜ੍ਹ, ਕੋਟ ਸ਼ਮੀਰ, ਚੱਲ ਭਗਤੂ ਦੇ ਪਿੰਡਾਂ ਵਿੱਚੋਂ ਦੀ ਹੁੰਦਾ ਹੋਇਆ ਜਿਹੜੀ ਬਠਿੰਡਾ ਬਰਨਾਲਾ ਹਾਈਵੇ ਆ ਉਹਦੇ ਉੱਪਰ ਦੀ ਕੱਟ ਕੇ ਲੰਘੂਗਾ। ਭੁੱਚੋ ਟੋਲ ਪਲਾਜ਼ਾ ਤੋਂ 2 ਕੁ ਕਿਲੋਮੀਟਰ ਰਾਮਪੁਰੇ ਵਾਲੇ ਪਾਸੇ ਨੂੰ ਲਹਿਰਾ ਮੁਹੱਬਤ ਅਤੇ ਬੈਗਿਲਾ ਦੇ ਵਿਚਾਲਿਆਂ ਨੂੰ ਇਹ ਕੱਟ ਕੇ ਭੈਣੀ ਪਿੰਡ ਪਹੁੰਚੂਗਾ। ਭੈਣੀ ਪਿੰਡ ਤੋਂ ਇਹ ਸੜਕ ਸਿੱਧੀ ਲੁਧਿਆਣੇ ਨੂੰ ਜਾਊਗੀ ਅਤੇ ਉੱਥੋਂ ਇੱਕ ਹੋਰ ਹਾਈਵੇ ਅੰਮ੍ਰਿਤਸਰ ਸਾਹਿਬ ਨੂੰ ਨਿਕਲ ਰਿਹਾ, ਜਿਹੜਾ ਕਿ ਮੋਗਾ ਬਾਈਪਾਸ ਹੁੰਦਾ ਹੋਇਆ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਤਲਵੰਡੀ ਚੌਧਰੀ ਜਾਊਗਾ, ਅਤੇ ਉੱਥੋਂ ਫਿਰ ਤੁਸੀਂ ਜਲੰਧਰ ਨੂੰ ਵੀ ਜਾ ਸਕੋਗੇ ਅਤੇ ਅੰਮ੍ਰਿਤਸਰ ਸਾਹਿਬ ਨੂੰ ਵੀ। ਪਰ ਭੈਣੀ ਪਿੰਡ ਤੋਂ ਇਹ ਸੜਕ ਅਜਮੇਰ ਐਕਸਪ੍ਰੈਸ, ਜਿਹਨੂੰ ਆਪਾਂ ਲੁਧਿਆਣਾ ਬਠਿੰਡਾ ਗ੍ਰੀਨਫੀਲਡ ਹਾਈਵੇ ਕਹਿੰਦੇ ਹਾਂ, ਉੱਥੋਂ ਲੁਧਿਆਣੇ ਵੱਲ ਮੁੜ ਜੂਗੀ। ਭੈਣੀ ਤੋਂ ਇਹ ਲੁਧਿਆਣੇ ਦੇ ਪਿੰਡ ਬੱਲੋਵਾਲ ਪਹੁੰਚੂਗੀ, ਫਿਰ ਜਿੱਥੇ ਲੁਧਿਆਣੇ ਦੀ 50-60 ਕਿਲੋਮੀਟਰ ਲੰਬੀ ਚੌੜੀ ਰਿੰਗ ਰੋਡ ਬਣ ਰਹੀ ਆ ਉੱਥੇ ਲਿਜਾ ਕੇ ਚੜੂਗੀ। ਇਹ ਰਿੰਗ ਰੋਡ ਦੇ ਰਾਹੀਂ ਤੁਸੀਂ ਲੁਧਿਆਣੇ ਦੇ ਕਿਸੇ ਵੀ ਪਾਸੇ ਨੂੰ ਨਿਕਲ ਸਕਦੇ ਹੋ, ਅੰਦਰ ਨੂੰ ਜਾਣਾ ਤਾਂ ਅੰਦਰ ਨੂੰ ਜਾ ਸਕੋਗੇ, ਅਤੇ ਉੱਥੇ ਜਿਹੜਾ ਅੰਮ੍ਰਿਤਸਰ ਸਾਹਿਬ ਤੋਂ ਦਿੱਲੀ ਨੂੰ ਹਾਈਵੇ ਜਾਂਦਾ ਉੱਥੇ ਪਹੁੰਚ ਜਾਓਗੇ। ਉੱਥੋਂ ਫਿਰ ਤੁਸੀਂ ਅੰਮ੍ਰਿਤਸਰ ਸਾਹਿਬ ਜਾਣਾ ਜਾਂ ਦਿੱਲੀ ਜਾਣਾ ਕਿਤੇ ਵੀ ਜਾ ਸਕੋਗੇ, ਅਤੇ ਅੰਦਾਜ਼ਾ ਲਾਇਆ ਜਾ ਰਿਹਾ ਵੀ ਇਹ ਕੰਮ 2025 'ਚ ਪੂਰਾ ਹੋ ਜਾਣਾ। ਤਾਂ ਇਹ ਸੀਗੀ 600 ਕਿਲੋਮੀਟਰ ਲੰਬੇ ਲੁਧਿਆਣਾ ਗ੍ਰੀਨਫੀਲਡ ਹਾਈਵੇ ਦੀ ਪੂਰੀ ਜਾਣਕਾਰੀ। ਹੁਣ ਚਲੋ ਠੀਕ ਆ, ਫਿਰ ਵੀਡੀਓ ਨੂੰ ਕਰਦੇ ਹਾਂ ਖਤਮ,
ਅਤੇ ਜੇ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। Thank you.